ਹੁਸ਼ਿਆਰਪੁਰ ਦੇ ਫਗਵਾੜਾ ਰੋਡ ਤੇ ਤੜਕੇ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤਸਵੀਰਾਂ ਦੇਖ ਕੇ ਰੋਂਗਟੇ ਖੜੇ ਹੋ ਰਹੇ ਨੇ। ਸ਼ੁੱਕਰਵਾਰ ਦੀ ਸਵੇਰ 4 ਘਰਾਂ ਦੇ ਲਈ ਆਫਤ ਬਣ ਕੇ ਸਾਹਮਣੇ ਆਈ ਹੈ। ਮਾਮਲਾ ਹੁਸ਼ਿਆਰਪੁਰ ਦਾ ਜਿੱਥੇ ਕਿ ਫਗਵਾੜਾ ਰੋਡ ਤੇ ਐਕਸੀਡੈਂਟ ਦੌਰਾਨ 4 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਦਰਅਸਲ ਤਕਰੀਬਨ 1 ਵਜੇ ਟਿੱਪਰ ਤੇ ਕੈਂਟਰ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋਈ ਸੀ ਤੇ ਉਸ ਵਕਤ ਟਿੱਪਰ ਵਿੱਚ 1 ਵਿਅਕਤੀ ਮੌਜੂਦ ਸੀ ਤੇ ਕੈਂਟਰ ਵਿੱਚ 3। ਹਾਦਸਾ ਇੰਨਾ ਭਿਆਨਕ ਹੋਇਆ ਸੀ ਕਿ 4 ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਹੁਣ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮੇਰਾ ਗੁਰਤੇਜ ਸਿੰਘ, ਹੁਸ਼ਿਆਰਪੁਰ ਵੱਲੋਂ ਆ ਰਹੀ ਸੀ, ਲੁਧਿਆਣੇ ਨੂੰ ਜਾ ਰਹੀ ਸੀ। ਇਹ 'ਚ ਪੱਥਰ ਭਰਿਆ ਜੀ, ਲੁਧਿਆਣੇ ਜਾਣਾ। ਹਾਂਜੀ, ਇਹ ਆਹ ਗੱਡੀ ਅੱਗੋਂ ਆਈ ਗੱਲ। ਹਾਂਜੀ, ਆਹਮੋ ਸਾਹਮਣੇ। ਆਪਣੀ ਗੱਡੀ ਕਿੰਨੇ ਬੰਦੇ ਸੀ? ਇਹਦੇ 'ਚ 1 ਜਾਣਾ ਸੀ, ਦੂਸਰੀ ਗੱਡੀ ਉਹ 'ਚ 3 ਜਾਣੇ ਸੀ। ਕਿੰਨੇ ਦੈਕ ਹੋਈ ਆ? ਅਤੇ 4 ਦੀ ਹੋ ਗਈ। ਨਾਂ ਤਜਿੰਦਰਪਾਲ ਆ ਜੀ। ਇਹ ਐਕਸੀਡੈਂਟ ਕਦੋਂ ਹੋਇਆ? ਇਹ 1 ਵਜੇ ਦੇ ਕਰੀਬ ਹੋਇਆ ਜੀ। ਕਿੱਦਾਂ ਹੋਇਆ ਜੀ? ਇਹ ਗੱਡੀ ਬਿਲਕੁਲ ਆਪਣੇ ਹਿਸਾਬ ਨਾਲ ਠੀਕ ਆ ਰਹੀ ਸੀ। ਇਹ ਗੱਡੀ ਇੱਧਰੋਂ ਜਿਹੜੀ ਆਈ ਆ, ਜਾਂ ਤਾਂ ਇਹਨੂੰ ਕੋਈ ਭੁਲੇਖਾ ਲੱਗ ਗਿਆ ਲਾਈਟਾਂ ਦਾ ਜਾਂ ਕਿੱਦਾਂ ਵੀ, ਜਾਂ ਲਾਈਟਾਂ ਤੇਜ਼ ਕਰਕੇ ਇਹਨੇ ਮਤਲਬ ਇਹਨੇ ਲਿਜਾ ਕੇ ਉਹਦੇ 'ਚ ਠੋਕ ਦਿੱਤੀ। ਮੋੜ ਕਰਕੇ ਤਾਂ ਨਹੀਂ ਪ੍ਰੋਬਲਮ? ਮੋੜ ਕਰਕੇ ਵੀ ਪ੍ਰੋਬਲਮ, ਇੱਧਰੋਂ ਵੀ ਮੋੜ ਆ, ਇੱਧਰ ਵੀ ਮੋੜ ਆ। ਮੋੜ ਕਰਕੇ ਵੀ ਹੋ ਸਕਦਾ ਇਹਨੂੰ ਭੁਲੇਖਾ ਲੱਗ ਗਿਆ ਜਾਂ ਕੁਛ। ਕੋਈ ਨਾ ਕੋਈ 3 ਬੰਦਿਆਂ ਦੀ ਤਾਂ ਮੌਕੇ 'ਤੇ ਡੈਥ ਹੋ ਗਈ ਜੀ। 3 ਬੰਦਿਆਂ ਦੀ, ਚੌਥਾ ਕੱਢ ਕੇ ਭੇਜਿਆ 5 ਵਜੇ ਦੇ ਕਰੀਬ, 5:30 ਵਜੇ ਦੇ ਕਰੀਬ, ਤਾਂ ਉਹਦੀ ਅਜੇ ਰਿਪੋਰਟ ਨਹੀਂ ਆਈ। ਉਹ ਤਾਂ ਕਹਿੰਦੇ ਆ ਵੀ ਉਹ ਵੀ ਡੈਥ ਹੋ ਗਈ ਆ, ਬਾਕੀ ਅਸੀਂ ਤਾਂ ਕਹਿੰਦੇ ਬਚ ਗਿਆ ਹੋਵੇ ਤਾਂ ਵਧੀਆ ਗੱਲ ਆ। ਹੋ ਗਈ ਸਰ, ਅਤੇ ਜਿਹੜੇ ਇਸ ਵੇਲੇ ਉਹ ਲਾਸ਼ਾਂ ਭੇਜ ਦਿੱਤੀਆਂ ਸਿਵਲ ਹਸਪਤਾਲ। ਟਿੱਪਰ ਕਿੱਧਰੋਂ ਆ ਰਿਹਾ ਸੀ? ਜਿਹੜੇ ਟਿੱਪਰ ਆ ਹੁਸ਼ਿਆਰਪੁਰ ਤੋਂ ਫਗਵਾੜੇ ਵੱਲ ਨੂੰ ਜਾ ਰਹੇ ਸੀ, ਜਾਂ ਅਤੇ ਜਿਹੜਾ ਕੈਂਟਰ ਆ ਉਹ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ। ਕੈਂਟਰ ਦੇ ਵਿੱਚ ਦੁੱਧ ਵਾਲਾ ਸੀ ਕੈਂਟਰ। ਰੰਗਲਾ ਟੀਵੀ ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।